हसन आर्किड खैर है देखो क्या बाजी तुसे तो नाराज सी ने पियो अपना चाचा जी खैर है हसन आर्किड क्या करने दे पियो मेरे पोतर दी शादी उठो तो जेवर पसंद कर आए जेवर दा नाम अच्छा अच्छा लगी हो अच्छा अच्छा जेवर पसंद करने दे पियो क्या क्या चाचा जी कुछ सोने को तो भा लगी खड़ी है हर चीज को भा लग खड़ी है सोने की थोड़ी भा है वो तो गाल तारी सही है लेकिन सोना देखो कितना आई प्या अचानक कितना चला गया कल मैं पूछता प्या मैं को दसने प्या नु 44,000 पता नहीं कुछ 100 रुपए 45 थी गया 45,000 रुपए सोना तोला देखो एक महांगे प्या सोने दा ना किते वे ते पैसे ज्यादा हो लाग सी डेढ़ सौ जाओ सोने दे पैसे ना कि किराए दे पैसे मैं बीबी मैं मेरी गाल सुन मैं कोई पागल कोई नहीं हूं सोने ਦਾ ਨਾਂ ਕਿਤੇ ਤੇ ਨਾਲ ਹੀ ਹੁਣ ਜਿਹੜੇ ਮੈਂ ਆਖਦੀ ਤੇ ਉਹ 40 ਰੇੜੀ ਮੈਂ ਬਲ ਮੈਂ ਕਿਉਂ ਆਖਾਂ ਬਸ ਜਰਾ ਚੁੱਪ ਕਰਕੇ ਬਾਵਾ ਨਾ ਚੁੱਪ ਕਰਕੇ ਮੈਂ ਕੁਝ ਜ਼ਿਆਦਾ ਗਾਲੀ ਪਸੰਦ ਹੀ ਕੋਈ ਨਹੀਂ ਮੈਂ ਜ਼ਿਆਦਾ ਗਾਲੀ ਪਸੰਦ ਕੇ ਨਹੀਂ ਤੇ ਇਹ ਹਾਲੇ ਅਗਰ ਪਸੰਦ ਹੋਵੇ ਨਾ ਮਤਲਬ ਸਾਰਾ ਫਿਰ ਖਾਵਨੇ ਦੇਖੋ ਬਾਜੀ ਰਾਜਾ ਰਕਸ਼ੀ ਵਾਲਾ ਖੋਏ ਵਾਲਾ ਮਲਾਈ ਵਾਲਾ ਤੇ ਆਪਣੀ ਮਰਜ਼ੀ ਵਾਲਾ ਆਪਣੀ ਮਰਜ਼ੀ ਦੀ ਗਾਲ ਕਰਦੇ ਔਰ ਆਪਣੀ ਮਰਜ਼ੀ ਔਰ ਗਾਲ ਉਹਲੇ ਕਰਦੇ ਸੋਚ ਕੇ ਗਾਲ ਕਰਦੇ ਸੁਚੇਂਦੇ ਤਾਂ ਬੁਲੇਦੇ ਇਵੇਂ ਨਹੀਂ ਗਾਲ ਕਰਦਾ ਲੱਗਦਾ ਵੇ ਲੱਗਦਾ ਮੈਂ ਹੁਣ ਕੋਈ ਫਰਕ ਗਾਲ ਤਾਂ ਨਹੀਂ ਕਿ ਸੋਨੇ ਦਾ ਰੇਟ ਵੱਧ ਗਿਆ लाह रहे हो ਜੇ ਤੂੰ ਚਾਹਤੇ ਵੇ ਨਾ ਉਤੇ ਲਾ ਲੈ ਲਹਿੰਦਾ ਤਾਂ ਮੈਂ ਹੀ ਕੋਈ ਨਹੀਂ ਹਾਂ ਵੱਲ ਰਾਜਾ ਰਕਸ਼ੀ ਵਾਲਾ ਖੋਇਆ ਵਾਲਾ ਮਲਾਈ ਵਾਲਾ ਤੇ ਆਪਣੀ ਮਰਜ਼ੀ ਵਾਲਾ ਇੱਥਾਂ ਸਵਾਰੀ ਬਾਂਧੀ ਆਪਣੀ ਮਰਜ਼ੀ ਨਾਲ ਏ ਤੇ ਲਾਂਦੀ ਸਾਰੀ ਮਰਜ਼ੀ ਨਾਲ ਏ ਸਮਝ ਆਈ ਵੇ ਅੱਲਿਆ ਵੱਲ ਮੇਰੇ ਤਾਂ ਟਾਈਮ ਜ਼ਾਇਆ ਨਾ ਕਰੇ ਨਾ ਮੈਨੂੰ ਦੱਸ ਦੇ ਨਾ ਮੈਂ ਕਿਉਂ ਤੁਹਾਡਾ ਟਾਈਮ ਜ਼ਾਇਆ ਕਰਨਾ ਜਨਾਬ ਰਿਕਸ਼ਾ ਚੱਲਦਾ ਪਏ ਨਾ ਹਾਂ ਔਰ ਇਹ ਕਚਹਿਰੀ ਵਾਲੇ ਪਾਸੇ ਵੇਂਦਾ ਪਏ ਤੂੰ ਸਮਝਣਾ ਕਚਹਿਰੀ ਹੈ ਨਾ ਜੀ ਕਚਹਿਰੀ ਵੇਣ ਕਚਹਿਰੀ ਤਾਂ ਕੋ ਲਹਾਰੇ ਸੂ ਚਲੋ ਮਿਹਰਬਾਨੀ ਯਾਰ ਤੇਰੀ ਤੂੰ ਲਹਾਰੇ ਯਾਰ ਮੈਂ ਕੋਈ ਦੱਸੋ ਨਾ ਕਿਰਾਇਆ 150 ਕੀਤੀ ਤਾਂ ਕਿ ਬੰਦੇ ਨੂੰ ਤਸੱਲੀ ਦੀ ਵਜੇ ਨਾ ਬਾਬਾ ਜੀ ਜਿਹੜਾ ਕਿਰਾਇਆ ਤੋਂ ਨਾਲ ਮੁਕੇ ਰੋ ਕੇ ਯਾਰ ਵਾ ਬਾਬਾ ਜੀ ਕਿਹ ਕੋ ਆਖਵੇ ਮੈਂ ਚਿੱਟੀ ਦਾੜੀ ਦਿੱਠੀ ਵੇ ਚਿੱਟੇ ਮੁੱਛਾਂ ਦਿੱਠਣ ਵੇ ਜਾਂ ਮੇਰੇ ਹੱਥ ਤੇ ਸੋਟੀ ਦਿੱਠੀ ਵੇ ਯਾਰ ਅੱਜ ਅਜੀਬ ਕਿਸਮ ਦਾ ਬੰਦਾ ਟੱਕਰ ਕੇ ਯਾਰ ਤੂੰ ਅੱਗੇ ਵੇਂਦੇ ਰਹਨੇ ਕੋਈ ਬਹਿਸ ਕੋ ਬਹਿਸ ਨਹੀਂ ਹੁੰਦਾ ਕੋਈ ਸ਼ੇਕਿਆ ਨਹੀਂ ਹੁੰਦੀ ਕਿਰਾਇਆ ਮੁਕੇਨੇ 25 ਜਿਹੜਾ ਮੁਕਾਇਆ ਉਹ ਤਾਂ ਕਿਰਾਇਆ ਰਿੱਤਾ ਤੇ ਜਾਣ ਚੜੇ ਤੂੰ ਤਾਂ 25 ਤੁਸੀਂ ਯਾਰ ਕਿੱਥੋਂ ਆਇਓ ਮੇਰੇ ਕੋਲ ਸੋ ਕੋਈ ਨਹੀਂ ਤੁਸੀਂ ਦਿਹਾਤ ਜੂ ਤਾਂ ਨਹੀਂ ਵੇ ਆਏ ਉਹ ਭਾਈ ਤੁਹਾਰੇ 25 ਕਿਰਾਇਆ ਹੀ ਹੈ ਸਹੀ ਯਾਰ ਅੱਜ ਕੱਲ 25 ਯਾਰ ਕਿੰਨਾ ਫਾਸਲੇ ਥੋੜਾ ਜਿਹਾ ਫਾਸਲੇ ਮਾਲ ਬਕਰੇ ਦੇ ਹੋ 25 ਤਾਂ ਅੱਜ ਕੱਲ ਬਾਲ ਸਕੂਲ ਹੀ ਨਹੀਂ ਕਹਿੰਦੇ ਵੇਂਦੇ ਤੂੰ ਸਾ ਦਿਓ 25 ਚਲੋ ਯਾਰ ਤਰੀਕ ਗਿਰ ਗਈ ਨੇ ਤੂੰ ਬਸ ਯਾਰ ਕੋਈ ਨਾ ਭਾਈ ਸਾਹਿਬ ਮੇਰਾ ਆਖਰੀ ਵੇ ਗਿੰਨਸਾ ਵੇ 60 ਰੁਪਿਆ ਬਾਰੀ ਮਰਜ਼ੀ ਅਗਰ 60 ਰੁਪਏ ਦੇਵਣੇ ਵੇ ਤਾਂ ਠੀਕ ਹੈ ਇਹਦੇ ਵਾਲ ਜੀ ਲੈ ਵਜੋ ਇਹ ਹੁਣ ਤੂੰ ਆਪਣੀ ਬੈਸ ਮੋਬਾਈਲ ਸ਼ੁਰੂ ਕਰ ਦਿੱਤੇ ਨੇ ਵਕਤ ਜ਼ਾਇਆ ਕਰਨ ਵਾਲੀ ਗੱਲ ਹੈ ਬਾਕੀ ਤਾਂ ਕੋਈ ਨਹੀਂ ਯਾਰ ਕਿਹੜਾ ਵਕਤ ਜ਼ਾਇਆ ਸੀ ਨਾ ਮੈਨੂੰ ਦੱਸੋ छोड़ो बाबा जी मैं यार वल बाबा यार वल बाबा मैं तो मैं लला गाल है मेरे हाथ पे डंगोरी है यार यार तू बेशक एक साइड दे रोक के पहले मेरे नाल मुका गया की वजह गाली करने पे यार अजीब बंदे भाई जान मैं कुछ ना सा रहे हो इतनी पैसे दे सो ठीक है लला मैं ते को देसा 70 घट 100 रुपए बस 70 घट 100 70 घट 100 गिने बस ठीक है 3 बन देने दा हां 3 ही बन देने मैं हुन कुछ जे बाद ये लोतरा थोड़ी वेदा पे ते को मैं 100 200 रुपए किराया देवा यार वाह भाई